ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਨੀਟਿੰਗ ਆਰਟ 'ਤੇ। ਅੱਜ ਮੈਂ ਤੁਹਾਡੇ ਲਈ ਤਿੰਨ ਤਿੰਨ ਕੁੰਡਿਆਂ 'ਤੇ ਪੈਣ ਵਾਲਾ ਇੱਕ ਡਿਜ਼ਾਇਨ ਲੈ ਕਰ ਆਈ ਹਾਂ। ਤਿੰਨ ਸਿਲਾਈਆਂ ਵਿੱਚ ਹੀ ਇਹ ਪੂਰਾ ਹੁੰਦਾ, ਬਹੁਤ ਸੋਹਣਾ ਫਲੀਦਾਰ ਡਿਜ਼ਾਇਨ ਹੈ ਔਰ ਇੱਕ ਇੱਕ ਕੁੰਡੇ ਦਾ ਵਿੱਚ ਗੈਪ ਰੱਖਿਆ ਹੈਗਾ। ਅਤੇ ਮੈਨੂੰ ਆਹ ਸੈਕਿੰਡ ਡਿਜ਼ਾਇਨ ਤੁਹਾਨੂੰ ਪਸੰਦ ਆਏਗਾ, ਬਹੁਤ ਸੋਹਣਾ ਡਿਜ਼ਾਇਨ ਹੈ, ਕਾਫੀ ਉੱਭਰਵੀਂ ਫਲੀ ਜੀ ਬਣਦੀ ਹੈ। ਅਤੇ ਜੇ ਕਰਕੇ ਤੁਹਾਨੂੰ ਡਿਜ਼ਾਇਨ ਪਸੰਦ ਆਵੇ ਤਾਂ ਇਸ ਨੂੰ ਲਾਈਕ ਕਰਨਾ ਜੀ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਕੁੰਡੇ ਪਾਉਣ ਤੋਂ ਬਾਅਦ ਪੁੱਠੀ ਸਿਲਾਈ ਮੈਂ ਇੱਕ ਪਾ ਰਹੀ ਹਾਂ ਅਤੇ ਇਸ ਤੋਂ ਬਾਅਦ ਮੈਂ ਡਿਜ਼ਾਇਨ ਸ਼ੁਰੂ ਕਰਦੀ ਹਾਂ। ਇੱਕ ਸਿਲਾਈ ਮੈਂ ਪਾ ਲਈ ਹੈ ਅਤੇ ਹੁਣ ਮੈਂ ਡਿਜ਼ਾਇਨ ਸ਼ੁਰੂ ਕਰਦੀ ਹਾਂ। ਪਹਿਲਾ ਕੁੰਡਾ ਮੈਂ ਉਤਾਰ ਲਿਆ, ਇੱਕ ਕੁੰਡਾ ਉਲਟਾ ਬੁਣ ਲੈਣਾ ਧਾਗਾ ਪਿੱਛੇ ਲੈ ਜਾ ਕੇ, ਇਸ ਤਰ੍ਹਾਂ ਇਹ ਤਿੰਨ ਕੁੰਡਿਆਂ ਨੂੰ ਇੱਕ ਵਾਰੀ ਇਕੱਠੇ ਬੁਣਨਾ ਇਸ ਤਰ੍ਹਾਂ। ਉਸ ਤੋਂ ਬਾਅਦ ਇਸ ਤਰ੍ਹਾਂ ਬਲ ਦੇ ਕੇ ਔਰ ਪਹਿਲਾ ਕੁੰਡਾ ਜਿਹੜਾ ਇਸ ਨੂੰ ਦੁਬਾਰਾ ਬੁਣਨਾ ਇਸ ਤਰ੍ਹਾਂ। ਫਿਰ ਕੁੰਡਾ ਇਸ ਤਰ੍ਹਾਂ ਇੱਦਾਂ ਇਸ ਡਿਜ਼ਾਇਨ ਨੂੰ ਜਦੋਂ ਤੁਸੀਂ ਬਣਾਓਗੇ ਤਾਂ ਇਸ ਨੂੰ ਪਹਿਲਾਂ ਥੋੜ੍ਹਾ ਜਿਹਾ ਬਣਾ ਕੇ ਦੇਖ ਲੈਣਾ। ਅਤੇ ਅਸਲ ਵਿੱਚ ਇਹ ਡਿਜ਼ਾਇਨ ਜਦੋਂ ਦੋ ਤਿੰਨ ਵਾਰੀ ਪੈ ਜਾਂਦਾ ਨਾ ਅਸਲ, ਉਦੋਂ ਇਹ ਸਹੀ ਸਮਝ ਵਿੱਚ ਆਉਂਦਾ। ਬਹੁਤ ਸੋਹਣਾ ਡਿਜ਼ਾਇਨ ਹੈ, ਬਣਿਆ ਹੋਇਆ ਮੈਂ ਤੁਹਾਨੂੰ ਜ਼ਰੂਰ ਦਿਖਾਊਂਗੀ। ਡਿਜ਼ਾਇਨ ਦੀ ਪਹਿਲੀ ਸਿਲਾਈ ਬਣ ਗਈ ਹੈ। ਦੂਸਰੀ ਸਿਲਾਈ ਬਣਾਉਂਦੇ ਹਾਂ। ਆਹ ਜਿਹੜਾ ਇੱਕ ਕੁੰਡਾ ਸਿੱਧਾ, ਇਹਨੂੰ ਸਿੱਧਾ ਹੀ ਬੁਣ ਲੈਣਾ ਧਾਗਾ ਕੀ ਕਰਕੇ, ਦੋ ਕੁੰਡੇ ਬੁਣਨੇ ਆ ਇਸ ਤਰ੍ਹਾਂ। ਦੋ ਕੁੰਡੇ ਪੁੱਠੇ ਬੁਣ ਲੈਣੇ ਆ, ਇੱਕ ਕੁੰਡਾ ਬਿਨਾਂ ਬੁਣੇ ਉਤਾਰ ਲੈਣਾ ਔਰ ਧਾਗਾ ਪਿੱਛੇ ਲਿਜਾ ਕੇ ਇੱਕ ਕੁੰਡਾ ਸਿੱਧਾ ਫਿਰ ਬੁਣ ਲੈਣਾ। ਅਤੇ ਇਸ ਤਰ੍ਹਾਂ ਅਸੀਂ ਸਿਲਾਈ ਪੂਰੀ ਕਰਾਂਗੇ। ਧਾਗਾ ਅੱਗੇ ਕਰਕੇ ਦੋ ਕੁੰਡੇ ਪੁੱਠੇ ਬੁਣਨੇ ਆ, ਤੀਸਰੇ ਕੁੰਡੇ ਨੂੰ ਬਿਨਾਂ ਬੁਣੇ ਉਤਾਰ ਲੈਣਾ, ਫਿਰ ਕੁੰਡਾ ਸਿੱਧਾ ਔਰ ਇੱਦਾਂ ਹੈ। ਸਿਲਾਈ ਸਾਡੀ ਕੰਪਲੀਟ ਹੋ ਗਈ ਹੈ। ਹੁਣ ਡਿਜ਼ਾਇਨ ਦੀ ਅਗਲੀ ਸਿਲਾਈ ਆ। ਇੱਕ ਕੁੰਡਾ ਪੁੱਠਾ ਕਰ ਲਿਆ, ਧਾਗਾ ਪਿੱਛੇ ਲਿਜਾ ਕੇ ਆਹ ਤਿੰਨ ਕੁੰਡੇ ਆ, ਇੱਕ ਦੋ ਤਿੰਨ,
तिना कुंडियां नूं फिर इकट्ठे ही बुनना है। इस तरह ये पहला पैरा पूरा हो जाएगा और दूसरा शुरू हो जाएगा। इस तरह इतना बल दे के पहले कुंडे नूं दोबारा बुनना है। ਜਿਹੜਾ ਕੁੰਡਾ ਪਹਿਲਾਂ ਪਿਛਲੇ ਵਾਰੀ ਬਿਨਾਂ ਬੁਣੇ ਛੱਡਿਆ ਸੀ, ਇਸ ਵਾਰੀ ਨਾਲ ਬੁਣਿਆ ਗਿਆ। ਇਹਦੇ ਨਾਲ ਡਿਜ਼ਾਇਨ ਦੇਖਿਆ ਤੁਸੀਂ ਕਿੰਨਾ ਸੋਹਣਾ ਬਣਦਾ। ਫਿਰ ਇੱਕ ਸਿਲਾਈ ਹੋਰ ਪੜਨੀ ਹੈ। ये सिलाई भी सिद्ध्यां दे ऊपर सिद्धे और पुठ्ठियां दे ऊपर पुठ्ठे, दो कुंडे पुठ्ठे और एक कुंडा बिना बुने इस तरह उतारना। इस तो बाद मैं डिजाइन तुहानू दिखा रही हूँ। ਇੱਦਾਂ ਦਾ ਲੱਗੇਗਾ ਡਿਜ਼ਾਇਨ। ਇਸ ਤਰ੍ਹਾਂ ਇਹ ਉੱਪਰ ਦੀ ਉੱਪਰ ਬਣੀ ਜਾਣੇ ਆ ਜਿਵੇਂ ਕਿ ਇੱਥੇ ਬਣੇ ਹੋਏ ਆ। ਅਤੇ ਜੇਕਰ ਕਿ ਤੁਹਾਨੂੰ ਡਿਜ਼ਾਇਨ ਪਸੰਦ ਆਇਆ ਤਾਂ ਇਸਨੂੰ ਲਾਈਕ ਕਰਨਾ ਜੀ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।